ਵਾਹ ਨੋ ਫਾਰਮਰਸ ਨੋ ਫੂਡ ਕੁਝ ਕਰ ਜਾ ਭਾਈ ਅੱਜ ਦੇ ਪ੍ਰੋਟੈਸਟ ਬਾਰੇ ਕੀ ਕਰਨ ਜਾਂਦੇ ਸੀ ਜਿਹੜਾ ਪ੍ਰੋਟੈਸਟ ਹੈ ਭਾਜੀ ਇਹਦੇ ਵਿੱਚ ਇਹ ਹੈਗਾ ਵੀ ਫਾਰਮਰ ਜੇ ਨਾ ਰਿਹਾ ਆਪਣਾ ਤਾਂ ਆਪਾਂ ਵੀ ਨਹੀਂ ਰਹਿਣਾ ਫੂਡ ਜਿਹੜਾ ਆ ਫਾਰਮਰ ਸਾਰੀ ਦੁਨੀਆ ਨੂੰ ਪਹੁੰਚਾਉਂਦਾ ਆ ਇਹ ਇਕੱਲਾ ਇੰਡੀਆ 'ਚ ਨਹੀਂ ਪ੍ਰੋਡਿਊਸ ਕਰਦਾ ਜੇ ਇਹ ਫਾਰਮਰ ਨਾ ਰਿਹਾ ਕੋਈ ਵੀ ਕਿੱਤਾ ਨਹੀਂ ਚੱਲ ਸਕਦਾ ਅਸੀਂ ਤਾਂ ਸਪੋਰਟ ਕਰਦੇ ਆ ਫਾਰਮਰ ਨੂੰ ਤੇ ਕਰਦੇ ਰਵਾਂਗੇ ਥੈਂਕ ਯੂ ਸੋ ਮੱਚ ਮੈਂ ਹਾਂ ਤੁਹਾਡਾ ਹੋਸਟ ਜਤਿੰਦਰ ਜਸਵਾਲ ਰੰਗੂਲੀ ਸਟੂਡੀਓ ਤੋਂ ਪ੍ਰੋਗਰਾਮ ਪੇਸ਼ ਕਰ ਰਿਹਾ ਹਾਂ ਅਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਹਾਜ਼ਰ ਹਨ ਪ੍ਰੋਗਰਾਮ ਦੇ ਕੋ ਹੋਸਟ ਗੈਰੀ ਮਾਂਡਲਾ ਸਾਹਿਬ ਅਤੇ ਨਾਲ ਇੰਸ਼ੋਰੈਂਸ ਬ੍ਰੋਕਰ ਜਗਤਾਰ ਸ਼ੇਰਗਿੱਲ ਦੋਨੋਂ ਸਟੂਡੀਓ ਦੇ ਵਿੱਚ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਅੱਜ ਸਪੈਸ਼ਲੀ ਇਸ ਕਰਕੇ ਆਏ ਹੋ ਤੁਸੀਂ ਕਿਹਾ ਵੀ ਅੱਜ ਗੱਲਬਾਤ ਕਰਨੀ ਆ ਇਹ ਫਾਰਮਰ ਪ੍ਰੋਟੈਸਟ ਦੇ ਬਾਰੇ ਹਾਂਜੀ ਅਤੇ ਵੈਸੇ ਅਸੀਂ ਇਸ ਗੱਲ ਕਾਫੀ ਦੇਰ ਤੋਂ ਗੱਲ ਕਰਦੇ ਆ ਰਹੇ ਹਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਥੋੜ੍ਹੀ ਥੋੜ੍ਹੀ ਗੱਲ ਕਰਦੇ ਰਹੇ ਹਾਂ ਜੋ ਇਹ ਪ੍ਰੋਟੈਸਟ ਇੰਡੀਆ ਦੇ ਵਿੱਚ ਹੋ ਰਿਹਾ ਬੜੇ ਮੰਦਭਾਗੇ ਆ ਹਾਂਜੀ ਇਹਨਾਂ ਦਾ ਕੋਈ ਨਾ ਕੋਈ ਹੱਲ ਜਿਹੜਾ ਨਿਕਲਣਾ ਚਾਹੀਦਾ ਠੀਕ ਹੈ ਜੀ ਆਲਰੇਡੀ ਇੱਕ ਮਹੀਨਾ ਆਲਮੋਸਟ ਹੋ ਚੁੱਕਿਆ ਆ ਹਾਂਜੀ ਹੁਣ ਪਤਾ ਲੱਗਿਆ ਮੈਂ ਅੱਜ ਕਿਸੇ ਮੀਡੀਆ ਚੈਨਲ ਦੇ ਉੱਤੇ ਦੇਖ ਰਿਹਾ ਸੀ ਕਹਿੰਦੇ ਵੀ 29 ਦਸੰਬਰ ਨੂੰ ਜਿਹੜੀ ਆ ਹੁਣ ਇੱਕ ਫਿਰ ਗੱਲਬਾਤ ਦਾ ਜ਼ਰੀਆ ਜਿਹੜਾ ਉਹਨਾਂ ਨੇ ਖੋਲ੍ਹਿਆ ਆ ਸਰਕਾਰ ਦੇ ਵਿੱਚ ਅਤੇ ਜਿਹੜੇ ਸਾਡੇ ਪ੍ਰੋਟੈਸਟਿੰਗ ਫਾਰਮਰ ਜਾਂ ਸੰਸਥਾਵਾਂ ਕਹਿ ਲਓ ਉਹਨਾਂ ਦੇ ਵਿੱਚ ਹੁਣ ਗੱਲਬਾਤ ਜਿਹੜੀ ਆ ਹੁਣ ਦੁਬਾਰਾ ਇਹ ਮੇਰੇ ਖਿਆਲ 5ਵੇਂ 6ਵੇਂ ਵਾਰ ਇਹ ਗੱਲਬਾਤ ਹੋਣ ਜਾ ਰਹੀ ਆ ਪਰ ਅਨਫੋਰਚੁਨੇਟਲੀ ਹਜੇ ਤੱਕਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਦੋਨੋਂ ਧਿਰਾਂ ਜਿੰਨੀ ਵਾਰ ਵੀ ਗੱਲਬਾਤ ਹੋਈ ਆ ਉਹ ਆਪਣੇ ਆਪਣੇ ਸਟੈਂਡ ਦੇ ਉੱਤੇ ਅੜ ਚੁੱਕੀਆਂ ਜਿੱਦਾਂ ਇੱਕ ਕਿਸਮ ਦਾ ਕੋਈ ਪ੍ਰੈਸਟੇਜ ਇਸ਼ੂ ਬਣ ਗਿਆ ਹੋਵੇ ਉਸ ਤਰ੍ਹਾਂ ਦੀ ਗੱਲਬਾਤ ਹੋ ਗਈ ਹੈ ਕੋਈ ਵੀ ਧਿਰ ਇੱਕ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਹਨੂੰ ਸਮਝਣ ਨੂੰ ਤਿਆਰ ਨਹੀਂ ਸੀ ਅਤੇ ਆਪਾਂ ਥੋੜ੍ਹੀ ਬਹੁਤ ਗੱਲਬਾਤ ਕਰਦੇ ਹਾਂ ਤੁਸੀਂ ਆਏ ਹਾਂ ਤੁਹਾਨੂੰ ਵੀ ਸ਼ਾਇਦ ਹੋਵੇ ਪਰ ਅਸੀਂ ਵੱਧ ਤੋਂ ਵੱਧ ਮੈਂ ਇਹੀ ਗੱਲ ਕਹਿ ਸਕਦਾ ਗੈਰੀ ਸਾਹਿਬ ਵੀ ਇਹ ਜਿਹੜਾ ਇੰਨਾ ਲਟਕ ਗਿਆ ਹੈ ਮਸਲਾ ਇਹਦਾ ਹੱਲ ਹੋਣਾ ਚਾਹੀਦਾ ਪਰ ਕਈ ਵਾਰੀ ਮੈਨੂੰ ਇੱਦਾਂ ਲੱਗਦਾ ਆ ਮੈਂ ਥੋੜ੍ਹੇ ਥੋੜ੍ਹੇ ਆਪਣੇ ਪ੍ਰਭਾਵ ਵੀ ਵਿੱਚ ਨਾਲ ਦੀ ਨਾਲ ਦੇ ਜਾਊਂਗਾ ਮੇਰੇ ਪਰਸਨਲ ਵਿਚਾਰ ਕੁਛ ਹੋਰ ਹੋ ਸਕਦੇ ਆ ਗੈਰੀ ਸਾਹਿਬ ਦੇ ਕੁਛ ਹੋਰ ਸਕਦੇ ਆ ਤੁਹਾਡੇ ਕੁਛ ਹੋਰ ਸਕਦੇ ਆ ਓਵਰਆਲ ਸੰਸਥਾਵਾਂ ਦੇ ਕੁਛ ਹੋਰ ਆ ਅਤੇ ਸਰਕਾਰ ਦਾ ਕੁਛ ਨਜ਼ਰੀਆ ਹੋ ਰਿਹਾ ਅਤੇ ਇਹ ਜਿਹੜਾ ਪੇਚੀਦਾ ਮਸਲਾ ਇਹ ਬਣ ਗਿਆ ਇਹ ਜ਼ਰੂਰ ਇਹਦਾ ਹੱਲ ਨਿਕਲਣਾ ਚਾਹੀਦਾ ਠੀਕ ਹੈ ਜੀ ਅਤੇ ਜੇ ਮੈਂ ਪਹਿਲਾਂ ਜਗਤਾਰ ਤੁਹਾਡੇ ਨਾਲ ਹੀ ਜੇ ਗੱਲ ਕਰਾਂ ਤਾਂ ਤੁਹਾਡੇ ਮਨ ਦੇ ਵਿੱਚ ਕੀ ਸਵਾਲ ਹੈ ਜੇ ਤੁਸੀਂ ਕੀ ਇਹਦਾ ਸੋਚਦੇ ਹੋ ਵੀ ਆਪਾਂ ਉਸ ਹਿਸਾਬ ਨਾਲ ਡਿਸਕਸ਼ਨ ਨੂੰ ਅੱਗੇ ਤੋਰਦੇ ਹਾਂ ਜੀ ਹਾਂਜੀ ਮੇਰੇ ਹਿਸਾਬ ਨਾਲ ਤਾਂ ਜਿਹੜਾ ਹੈਗਾ ਇਹ ਆਪਣਾ ਜਿਹੜਾ ਮਸਲਾ ਹੈਗਾ ਕਿਸਾਨਾਂ ਦਾ ਇਹ ਬੜਾ ਗੰਭੀਰ ਹੈਗਾ ਹਾਂਜੀ ਅਤੇ ਕਿਉਂਕਿ ਇਹਦੇ 'ਚ ਜਿਹੜਾ ਆਪਣੇ ਜਿਵੇਂ ਐਕਸਪਰਟਸ ਦੇ ਪੜ੍ਹੇ ਆ ਵਿਊਜ਼ ਹੈ ਨਾ ਜਿਹੜਾ ਕਾਨੂੰਨ ਬਣਿਆ ਇਹ ਬੈਕਡੋਰ ਥਾਣੀ ਰਾਹੀਂ ਹੈਗਾ ਹੈ ਨਾ ਇਹਦੀ ਕੋਈ ਵੋਟਿੰਗ ਨਹੀਂ ਹੋਈ ਇਕੱਲੀ ਵਰਬਲ ਵੋਟਿੰਗ ਹੋਈ ਆ ਉੱਥੇ ਕਿਉਂਕਿ ਉੱਥੇ ਦੇ ਇੰਡੀਆ ਦੇ ਸੰਵਿਧਾਨ ਦੇ ਹਿਸਾਬ ਨਾਲ ਜੇ ਪਾਰਲੀਮੈਂਟ ਦਾ ਇੱਕ ਮੈਂਬਰ ਵੀ ਕਹਿੰਦੇ ਵੋਟਿੰਗ ਹੋਣੀ ਚਾਹੀਦੀ ਆ ਤਾਂ ਵੋਟਿੰਗ ਹੁੰਦੀ ਆ ਬਾਈ ਲਾ ਉੱਥੇ ਵੋਟਿੰਗ ਨਹੀਂ ਹੋਈ ਧੱਕੇ ਰੌਲੇ ਖੌਲੇ 'ਚ ਹੀ ਇਹ ਕਾਨੂੰਨ ਪਾਸ ਹੋ ਗਿਆ ਅਤੇ ਦੂਜੀ ਗੱਲ ਆ ਜਿਹੜੇ ਕਾਨੂੰਨ ਪਾਸ ਕੀਤੇ ਆ ਫਾਰਮਰਸ ਲਾ ਇਹ ਸੈਂਟਰ ਪਾਸ ਨਹੀਂ ਕਰ ਸਕਦੀ ਇਹ ਮੋਸਟਲੀ ਜਿਹੜੇ ਫਾਰਮਰਸ ਲਾ ਮੋਸਟਲੀ ਸਟੇਟ ਦੇ ਅਧਿਕਾਰ ਹੈਗੇ ਆ ਸਟੇਟ ਕਰਦੀ ਹੈਗੀ ਆ ਅਤੇ ਇਹ ਨਹੀਂ ਉਹਦੇ ਥੋੜ੍ਹੇ ਜਿਹਾ ਇਹਨੀ ਟ੍ਰੇਡ ਨੂੰ ਵਿੱਚ ਨਾ ਐਡ ਕਰਕੇ ਉਹ ਟ੍ਰੇਡ ਅਤੇ ਕਮਰਸ ਨੂੰ ਐਡ ਕਰਕੇ ਉਹਦੇ ਅੰਡਰ ਥੋੜ੍ਹੀ ਜਿਹਾ ਘਾਲਮਲਾ ਕਰਕੇ ਇਹਨੂੰ ਸੈਂਟਰ ਦੇ ਲਾ ਬਣਾਤਾ ਹੈਗਾ ਸੈਂਟਰ ਦਾ ਲਾ ਬਣਾਤਾ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਵੀ ਜਿੱਦਾਂ ਮੰਨ ਲਓ ਵੀ ਤੁਸੀਂ ਦੱਸਿਆ ਵੀ ਸਟੇਟ ਦੀ ਜ਼ਿੰਮੇਵਾਰੀ ਆ ਹਾਂਜੀ ਪਰ ਅਲਟੀਮੇਟਲੀ ਜਿਹੜੇ ਉੱਪਰੋਂ ਗ੍ਰਾਂਟਸ ਆਉਣੀਆਂ ਸੈਂਟਰ ਤੋਂ ਉਹ ਤੁਹਾਨੂੰ ਚਾਹੇ ਉਹ ਫਸਲਾਂ ਦੇ ਉੱਤੇ ਫਲੱਡ ਦਾ ਰਿਲੀਫ ਹੋਵੇ ਚਾਹੇ ਕੋਈ ਉਹ ਫਰਟੀਲਾਈਜ਼ਰ ਦੀ ਸਬਸਿਡੀ ਹੋਵੇ ਚਾਹੇ ਕੋਈ ਹੋਰ ਫੰਡਿੰਗ ਹੋਵੇ ਕੋਈ ਉਹ ਸੈਂਟਰ ਵੀ ਕਰਦਾ ਇਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਖੈਰ ਮੈਨੂੰ ਇਹ ਓਨੈਸਟਲੀ ਸਪੀਕਿੰਗ ਮੈਨੂੰ ਬਹੁਤਾ ਜ਼ਿਆਦਾ ਨਹੀਂ ਇਹਦੇ ਬਾਰੇ ਪਤਾ ਵੀ ਕਿਤੇ ਨਾ ਕਿਤੇ ਸੈਂਟਰ ਦਾ ਅਧਿਕਾਰ ਤਾਂ ਹੋਊਗਾ ਹੀ ਵਿੱਚ ਥੋੜ੍ਹਾ ਬਹੁਤਾ ਸੈਂਟਰ ਦਾ ਆਪਣਾ ਸਟੇਟ ਫਾਰਮਿੰਗ ਲਾ ਜਿਹਦਾ ਤੁਸੀਂ ਸਭ ਸਟੇਟ ਦਾ ਹੈਗਾ ਆ ਪਰ ਉਹ ਜੇ ਸਟੇਟ ਦਾ ਹੀ 100% ਜੇ ਸਟੇਟ ਦਾ ਹੈ ਫਿਰ ਉਹ ਸੈਂਟਰ ਦੇ ਕੋਲ ਕਿਉਂ ਜਾਂਦੇ ਆ ਪੈਸੇ ਦੀ ਖਾਤਰ ਇਹ ਸੈਂਟਰ ਦਾ ਥੋੜ੍ਹਾ ਜਿਹਾ ਹੈਗਾ ਜਦੋਂ ਆਹ ਜਿਹੜੇ ਪਾਰਟੀਕਲ ਬਣਾਏ ਹੈਗੇ ਜਿਹੜੇ ਕਾਨੂੰਨ ਬਣਾਏ ਆ ਮੋਸਟਲੀ ਇਹ ਜਿਹੜੇ ਸੀਗੇ ਜਿਹੜੇ ਇਹਦੇ 'ਚ ਗੱਲਾਂ ਸ਼ਾਮ ਕੀਤੀਆਂ ਇਹ ਮੋਸਟਲੀ ਸਟੇਟ ਦੇ ਵਿੱਚ ਅੰਡਰ ਆਉਂਦੀ ਸੀਗੀ ਮੰਡੀ ਦੀ ਮੰਡੀਕਰਨ ਜਿਹੜਾ ਹੈਗਾ ਮੰਡੀਕਰਨ ਜਿਹੜਾ ਮੰਡੀਕਰਨ ਜਿਹੜਾ ਉਹਦਾ ਇੱਕ ਹਿੱਸਾ ਹੈਗਾ ਉਹ ਸਟੇਟ ਦੇ ਅਧਿਕਾਰ ਦੇ ਥੱਲੇ ਆ ਹਾਂਜੀ ਹਾਂਜੀ ਇਹਦਾ ਮਤਲਬ ਤੇ ਮੰਡੀਕਰਨ ਇੱਕ ਨੇ ਪਹਿਲਾਂ ਤੇ ਤਿੰਨ ਕਾਲੇ ਕਾਨੂੰਨ ਮੈਨੂੰ ਇੰਨਾ ਮਤਲਬ ਤਿੰਨ ਕਾਲੇ ਕਾਨੂੰਨ ਕਹੀ ਜਾਂਦੇ ਆ ਸਾਰੇ ਹਾਂਜੀ ਹਾਂਜੀ ਉਹ ਕਾਨੂੰਨ ਕਿਹੜੇ ਆ ਮਤਲਬ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਇੱਕ ਤਾਂ MSP ਦਾ ਥੋੜ੍ਹਾ ਜਿਹਾ ਉੱਭਰ ਕੇ ਆਇਆ ਵੀ ਮਿਨੀਮਮ ਸਪੋਰਟ ਪ੍ਰਾਈਸ
ਹੁਣ ਹੱਲ ਕੀ ਹੈ ਜੀ ਆਪਾਂ ਕਿਉਂਕਿ ਇਹ ਤਾਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਆਪਾਂ ਵਧਾ ਸਕਦੇ ਹਾਂ ਅਤੇ ਤੁਹਾਡੇ ਹਿਸਾਬ ਦੇ ਨਾਲ ਮੈਨੂੰ ਜਿਹੜਾ ਲੱਗਦਾ ਵੀ ਜਿੱਦਾਂ ਆਰਡੀਨੈਂਸ ਜਾਂ ਜੋ ਵੀ ਉਹਨਾਂ ਨੇ ਕਿਹਾ ਬਿੱਲ ਬਣ ਗਿਆ ਹੁਣ ਦੇਖੋ ਇੰਡੀਆ ਦੇ ਵਿੱਚ ਦੇਖੋ ਗੱਲ ਇਹ ਹੈ ਟੌਪ ਤੇ ਪਹਿਲਾਂ ਗੈਰੀ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣਿਓ ਆਪਾਂ ਬਹੁਤੀ ਲੰਬੀ ਡਿਸਕਸ਼ਨ ਉਹ ਨਹੀਂ ਕਨਫਿਊਜ਼ਿੰਗ ਜਿਹੀ ਨਹੀਂ ਕਰਨੀ ਸਿਰਫ ਉਹਨਾਂ ਕੇ ਹੱਲਿਆ ਦੇਖੋ ਪ੍ਰੋਟੈਸਟ ਚੱਲ ਰਿਹਾ ਜ਼ਿਮੀਦਾਰ ਕਰ ਰਹੇ ਆ ਠੰਡ ਦੇ ਵਿੱਚ ਬੈਠੇ ਹੋਏ ਉਹ ਆਪਣੀ ਜਿੱਦ ਹੀ ਕਹੂੰਗਾ ਮੈਂ ਤਾਂ ਉਹ ਆਪਣੀ ਜਿੱਦ ਜਾਂ ਆਪਣੀ ਮੰਗ ਤੇੜੇ ਹੋਏ ਆ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਆਪਣੀ ਜਿੱਦ 'ਤੇ ਕਹਿ ਲਓ ਉਹ ਆਪਣੇ ਉਹਦੇ 'ਤੇ ਅੜੀ ਹੋਈ ਆ ਸਟੈਂਡ 'ਤੇ ਹੁਣ ਇਸ ਤੋਂ ਇਲਾਵਾ ਉਹ ਸਰਕਾਰ ਨੇ ਕੀਤਾ ਸਰਕਾਰ ਮੈਜੋਰਿਟੀ ਦੇ ਵਿੱਚ ਸੀਗੀ ਲੋਕਾਂ ਨੇ ਪੂਰੇ ਆਲ ਓਵਰ ਹਿੰਦੁਸਤਾਨ ਦੇ ਉੱਤੋਂ ਉਹਨਾਂ ਨੂੰ ਵੋਟਾਂ ਪਾਈਆਂ ਵੋਟਾਂ ਪਾ ਕੇ ਜਿੱਤ ਕੇ ਗਏ ਸਦਨ ਦੇ ਵਿੱਚ ਚਲੇ ਗਏ ਪਾਸ ਹੋ ਗਿਆ ਧਵਨੀ ਮਤ ਨਾ ਹੋ ਗਿਆ ਥਪ ਮੇਜਾਂ ਥਪਤ ਪਾ ਕੇ ਹੋ ਗਿਆ ਜੋ ਹੋ ਗਿਆ ਹੁਣ ਉਦੋਂ ਬਾਅਦ ਇਹ ਕਾਨੂੰਨ ਜਿਹੜਾ ਰਾਸ਼ਟਰਪਤੀ ਦੇ ਬਿੱਲ ਜੋ ਵੀ ਸੀਗਾ ਉਹ ਬਿੱਲ ਜਿਹੜਾ ਸੀ ਰਾਸ਼ਟਰਪਤੀ ਦੇ ਕੋਲ ਗਿਆ ਰਾਸ਼ਟਰਪਤੀ ਨੇ ਵੀ ਕੀਤਾ ਸਾਈਨ ਠੀਕ ਹੈ ਜੀ ਅਤੇ ਹੁਣ ਆਪਣਾ ਸੁਪਰੀਮ ਕੋਰਟ ਆ ਸੀਗੇ ਨਾ ਰਾਸ਼ਟਰਪਤੀ ਪ੍ਰੈਜੀਡੈਂਟ ਆਫ ਇੰਡੀਆ ਸੁਪਰੀਮ ਕੋਰਟ ਅਤੇ ਉੱਧਰੋਂ ਸਾਡੀ ਪਾਰਲੀਮੈਂਟ ਮੇਰੇ ਖਿਆਲ ਇਹਦੇ ਤਿੰਨਾਂ ਤੋਂ ਇਲਾਵਾ ਤਾਂ ਹੋਰ ਕੋਈ ਇੰਡੀਆ ਦੇ ਵਿੱਚ ਕੋਈ ਟੌਪ ਚੀਜ਼ ਹੈ ਨਹੀਂ ਆ ਕੋਈ ਵੀ ਜੇ ਦੇਖਿਆ ਜਾਵੇ ਨਿਆਂ ਪਾਲਿਕਾ ਦੀ ਗੱਲ ਕਰ ਲਈਏ ਜਾਂ ਮਤਲਬ ਕੁਛ ਵੀ ਕੀਤਾ ਹੁਣ ਇਹਦਾ ਅੰਤ ਦੇ ਵਿੱਚ ਆਪਾਂ ਨੂੰ ਕੀ ਲੱਗਦਾ ਹੱਲ ਕੀ ਲੱਗਦਾ ਤੁਹਾਡੇ ਹਿਸਾਬ ਦੇ ਨਾਲ ਵੀ ਕਿਉਂਕਿ ਮੈਨੂੰ ਐਂ ਲੱਗਦਾ ਜੇ ਇੰਨਾ ਡੈਡ ਲੋਕ ਹੋ ਗਿਆ ਆ ਵੀ ਉਹ ਦੋਨੋਂ ਧਿਰਾਂ ਆਪਣੀ ਆਪਣੀ ਜਿੱਤ 'ਤੇ ਵੀ ਤਾਂ ਕੀ ਨੀਅਰ ਫਿਊਚਰ ਜਾਂ ਨੀਅਰ ਹੱਲ ਕੀ ਦੇਖਦੇ ਹਾਂ ਆਪਾਂ ਦੇਖੋ ਗੱਲ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਆਪਾਂ ਦੇਖੋ ਤੁਸੀਂ ਵਿਚਾਰ ਆਪਣੇ ਦੇ ਰਹੇ ਹਾਂ ਤੁਸੀਂ ਮੇਰੇ ਦੇਖੋ ਆਪਾਂ ਇੱਥੇ ਕੈਨੇਡਾ ਦੇ ਵਿੱਚ ਆਪਣਾ ਮੀਡੀਆ ਆ ਆਪਣੇ ਮੀਡੀਆ ਦੇ ਵਿੱਚ ਗੈਰੀ ਸਾਹਿਬ ਆਪਣੇ ਵਿਚਾਰ ਦੇ ਉੱਧਰ ਮੈਂ ਵੀ ਗੱਲ ਸੁਣੀ ਜਾਂਦਾ ਮੈਂ ਵੀ ਮਾੜੀ ਮੋਟੀ ਦੇਈ ਜਾਂਦਾ ਤੁਸੀਂ ਵੀ ਦੇਈ ਜਾਂਦੇ ਆ ਉਹ ਕਹਿਣ ਦਾ ਮਤਲਬ ਕੀ ਆ ਵੀ ਨਾ ਸਾਡੇ ਕਹੇ ਤੇ ਹੋਣਾ ਨਾ ਸਾਡੇ ਕਹੇ ਤੇ ਆਪਾਂ ਹਾਂ ਥੋੜ੍ਹੀ ਇੱਕ ਬੇਵ ਜਾਂ ਥੋੜ੍ਹਾ ਐਜੂਕੇਟ ਜਾਂ ਜ਼ਰੂਰ ਕਰ ਸਕਦੇ ਹਾਂ ਸਾਡੇ ਜਾਂ ਲਿਸਨਰ ਤੋਂ ਆਪਾਂ ਐਜੂਕੇਟ ਹੋ ਸਕਦੇ ਹਾਂ ਅਸੀਂ ਕਰ ਵੀ ਸਕਦੇ ਹਾਂ ਹੋ ਵੀ ਸਕਦੇ ਉਹਨਾਂ ਤੋਂ ਪਰ ਤੁਹਾਡੇ ਹਿਸਾਬ ਦੇ ਨਾਲ ਕੀ ਹੱਲ ਕੀ ਲੱਗਦਾ ਇਹਦਾ ਵੀ ਕੀ ਲੱਗੂਗਾ 30 ਦਿਨ ਆਲਰੇਡੀ ਨਿਕਲ ਚੁੱਕੇ ਆ ਨਹੀਂ ਜਦੋਂ ਆਪਣਾ ਡੈਮੋਕ੍ਰੇਸੀ ਵਿੱਚ ਨਾ ਕਿਉਂਕਿ ਲੋਕਾਂ ਲਈ ਲੱਭਣਾ ਜਾਂਦਾ ਗਿਆ ਲੋਕੀ ਉਹਨੂੰ ਐਕਸੈਪਟ ਨਹੀਂ ਕਰਦੇ ਤੇ ਲੋਕਾਂ ਦਾ ਹੱਕ ਪੂਰਾ ਬਣਦਾ ਉਹਦੇ ਵਾਸਤੇ ਪ੍ਰੋਟੈਸਟ ਕਰਨਾ ਅਗਰ ਨਹੀਂ ਕੀਤਾ ਜਾਂਦਾ ਮੇਰਾ ਨੋ ਦੇ ਵਿੱਚ ਸ਼ਾਰਟ ਸਵਾਲ ਹੈ ਮੇਰਾ ਬਿਲਕੁਲ ਨੋ ਦੇ ਵਿੱਚ ਮੈਂ ਕਹਿੰਦਾ ਮੈਂ ਨਹੀਂ ਕਰਨਾ ਸਰਕਾਰ ਮੇਰੀ ਹੈ ਮੈਂ ਤਾਂ ਸਾਡੀ ਮੈਜੋਰਟੀ 'ਚ ਆਇਆ ਨਹੀਂ ਕਰਨਾ ਪਰ ਮੈਂ ਸਰਕਾਰ ਡਿੱਗ ਜਾਵੇ ਅਗਲੀ ਵਾਰੀ ਵੋਟਾਂ ਨਾ ਪਾਇਓ ਮੈਨੂੰ ਮੈਂ ਨਾ ਆਊਂਗਾ ਜਿੱਤ ਕੇ ਦਿੱਲੀ ਨਹੀਂ ਇੱਦਾਂ ਨਹੀਂ ਹੋ ਸਕਦਾ ਪਰ ਸਰਕਾਰ ਡਿੱਗਦੀ ਤਾਂ ਡਿੱਗ ਜਾਏ ਪਰ ਲੋਕਾਂ ਦਾ ਵੀ ਹੱਕ ਹੈ ਜੇ ਲੋਕਾਂ ਨੇ ਅੜਨਾ ਤਾਂ ਲੋਕੀ ਅੜ ਸਕਦੇ ਅੜੀ ਫਿਰ ਉਹੀ ਗੱਲ ਫਿਰ ਡੈਡ ਲੋਕ ਹੀ ਹੋ ਗਏ ਡੈਡ ਲੋਕ ਹੋ ਕੇ ਮਤਲਬ ਗਵਰਨਮੈਂਟ ਨੂੰ ਸੋਚਣਾ ਪੈਣਾ ਇਹਦਾ ਮਤਲਬ ਹੱਲ ਕੋਈ ਨਹੀਂ ਉਦਾਂ ਗੱਲਬਾਤ ਦਾ ਕੋਈ ਹੱਲ ਨਹੀਂ ਲੱਗਦਾ ਨਹੀਂ ਹੱਲ ਉਹਦਾ ਜਦੋਂ ਜਿਹੜੀ ਚੀਜ਼ ਗਲਤ ਆ ਲੋਕੀ ਜਦੋਂ ਹੁਣ ਇਹ ਇਸ ਲਈ ਕਿਸਾਨਾਂ ਦੀ ਮੂਵਮੈਂਟ ਨਹੀਂ ਰਹੀ ਇਹ ਇੱਕ ਲੋਕ ਮੂਵਮੈਂਟ ਬਣ ਗਈ ਹੈ ਪਬਲਿਕ ਮੂਵਮੈਂਟ ਬਣ ਚੁੱਕੀ ਆ ਉਹਦੇ ਵਿੱਚ ਜਿਹੜੇ ਸਾਰੇ ਬੁੱਧੀਜੀਵੀ ਆ ਲਾਇਰ ਸੁਪਰੀਮ ਕੋਰਟ ਲਾਇਰ ਤੋਂ ਲੈ ਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਲਾਇਰ ਨੇ ਆ ਗਿਆ ਮੇਰੇ ਹਿਸਾਬ ਦੇ ਨਾਲ ਸਰਕਾਰ ਜਿਹੜੀ ਹੈਗੀ ਆ ਜਾਂ ਮਤਲਬ ਕੋਈ ਵੀ ਆ ਉਹ ਮੈਨੂੰ ਜਿੱਥੇ ਤੱਕ ਮੈਨੂੰ ਫੀਲਿੰਗ ਆ ਰਹੀ ਆ ਜਿੰਨੀ ਮੈਨੂੰ ਮਤਲਬ ਜੋ ਹੁਣ ਤੱਕ ਹੋ ਚੁੱਕਿਆ ਘਟਨਾਕ੍ਰਮ ਆਪਾਂ ਦੇਖ ਚੁੱਕੇ ਹਾਂ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਬੈਂਡ ਕਰੂਗੀ ਹਾਂ ਅਮੈਂਡਮੈਂਟ ਤਾਂ ਜ਼ਰੂਰ ਕਰ ਦੂਗਾ ਓਪਨ ਆ ਕਰਨ ਵਾਸਤੇ ਜੇ ਕਹੂੰਗਾ ਆਲ ਟੂਗੈਦਰ ਇਹਨੂੰ ਰੱਦ ਕਰ ਦਿਓ ਕਲਾਕ ਵਾਪਸ ਹੀ ਲੈ ਲਓ ਉਹ ਨਹੀਂ ਹੋਊ ਨਹੀਂ ਜੀ ਪ੍ਰੈਸਟੀਜ ਇੱਥੋਂ ਨਾ ਆਪਾਂ ਗਲਤ ਹੋ ਜਾਂਦੇ ਹਾਂ ਇਹ ਇਹ ਕਿਸਾਨਾਂ ਦਾ ਪ੍ਰੈਸਟੀਜ ਇਸ਼ੂ ਨਹੀਂ ਬਣਿਆ ਇਹ ਇੱਕ ਇਹ ਬੜਾ ਜੈਨੂਅਨ ਇਸ਼ੂ ਹੈਗਾ ਅਤੇ ਉਹਦੇ ਬੇਸ 'ਤੇ ਤਾਂ ਹੀ ਜਿਹੜੀ ਲੋਕ ਮੂਵਮੈਂਟ ਬਣੀ ਹੈਗੀ ਹੈ ਜੇ ਕੱਲਾ ਪ੍ਰੈਸਟੀਜ ਇਸ਼ੂ ਹੁੰਦਾ ਕਿਸੇ ਇੱਕ ਸੰਸਥਾ ਦਾ ਫਿਰ ਇਹ ਮੂਵਮੈਂਟ ਮੈਂ ਤਾਂ ਕਹਿ ਰਿਹਾ ਕਿਉਂਕਿ ਜਦ ਆਪਾਂ ਬਾਰਗੇਨ ਕਰਨ ਨੂੰ ਤਿਆਰ ਨੇ ਇੱਕ ਲੱਗ ਗਿਆ ਵੀ ਆਪਾਂ ਬਾਰਗੇਨ ਕਰਨੇ ਵੀ ਗੱਲ ਸੁਣਨੀ ਵੀ ਹੈ ਸੁਣਾਉਣੀ ਵੀ ਹੈ ਆਪਣੀ ਗੱਲ ਉਹਦੇ ਵਿੱਚ ਉਹਨੂੰ ਬਣਦਾ ਸਰਦਾ ਕਿ ਹੱਲ ਕੱਢਣਾ ਜਾਇਜ਼ ਜਾਇਜ਼ ਜਿਹੜਾ ਵੀ ਹੱਲ ਨਿਕਲ ਸਕਦਾ ਜਸਵਾਲ ਸਾਹਿਬ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਇਹਦਾ ਹੱਲ ਨਿਕਲਣਾ ਚਾਹੀਦਾ ਪਹਿਲੀ ਤਾਂ ਗੱਲ ਹੈ ਕਿ ਜਿਹੜੀ ਗੱਲ ਗਲਤ ਹੋਈ ਨਾ ਜਿਹੜੀ ਗੱਲ ਗਲਤ ਹੋਈ ਆ ਗੌਰਮੈਂਟ ਕੋਲੋਂ ਉਹਨੂੰ ਰੱਦ ਕਰਨਾ ਇਹੀ ਕਾਨੂੰਨ ਤੁਸੀਂ ਪ੍ਰੋਪਰ ਤਰੀਕੇ ਨਾਲ ਨੋਟ ਬਾਈ ਆਰਡੀਨੈਂਸ ਪ੍ਰੋਪਰ ਤਰੀਕੇ ਨਾਲ ਲੈ ਕੇ ਆਓ ਹੋ ਜਾਊ ਤੁਹਾਡੇ ਹਿਸਾਬ ਨਾਲ ਲੱਗਦਾ ਡੂ ਯੂ ਥਿੰਕ ਤੁਹਾਡੀ ਫੀਲਿੰਗ ਹੈ ਮੇਰਾ ਖਿਆਲ ਹੈ ਮੇਰਾ ਖਿਆਲ ਹੈ ਕਿ ਇਹ ਜਿਹੜੀ ਐਜੂਟੇਸ਼ਨ ਹੈ ਨਾ ਇਹ ਵੱਡੇ ਫਾਰਮਰਾਂ ਨਾਲੋਂ ਛੋਟੇ ਫਾਰਮਰਾਂ ਦੀ ਜ਼ਿਆਦਾ ਹੈ ਕਿਉਂਕਿ ਛੋਟੇ ਫਾਰਮਰਾਂ ਦੀ ਇਹ ਸਮੱਸਿਆ ਬਹੁਤ ਵੱਡੀ ਹੋਏਗੀ ਠੀਕ ਹੈ ਇੱਕ ਇੱਕ ਇਹ ਆ ਕਿ ਇਹਨਾਂ ਨੂੰ ਜਦ ਤੱਕ ਇਹ ਰੱਦ ਨਹੀਂ ਨਾ ਕਰਦੇ ਦੇ ਹੈਵ ਟੂ ਡੂ ਇਟ ਓਕੇ ਕਿਉਂਕਿ
ਤੁਸੀਂ ਅਗਰ ਨਹੀਂ ਹੁੰਦਾ ਤਾਂ ਇਹ ਨੈਕਸਟ ਅਲਟਰਨੇਟਿਵ ਕੇ ਹੱਲ ਕੀ ਆ ਮੇਰਾ ਮੇਰਾ ਖਿਆਲ ਹੈ ਕਿ ਇਟ ਇਜ਼ ਗੋਨਾ ਗੋ ਔਨ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਆਪਾਂ ਉਹਨਾਂ ਦੇ ਵਿਚਾਰ ਵੀ ਸੁਣੇ ਆ ਆਪਾਂ ਐਗਰੀਕਲਚਰ ਮਿਨਿਸਟਰ ਦੇ ਵੀ ਸੁਣੇ ਆ ਹੋਮ ਮਿਨਿਸਟਰ ਦੇ ਵੀ ਸੁਣੇ ਆ ਦੂਜੇ ਵੀ ਜਿਹੜੇ ਉਹਨਾਂ ਦੇ ਸਪੋਕਸ ਪਰਸਨ ਆ ਵੱਖ ਵੱਖ ਚੈਨਲਾਂ ਦੇ ਇਧਰ ਉਧਰ ਉਹ ਵੀ ਸੁਣੇ ਆ ਪਰ ਕੋਈ ਵੀ ਮੈਨੂੰ ਲੱਗਦਾ ਨਹੀਂ ਆ ਉਹ ਇਹੀ ਗੱਲ ਕਹਿੰਦੇ ਵੀ ਵੀ ਆਰ ਰੈਡੀ ਫੋਰ ਟਾਕਸ ਵੀ ਆਰ ਰੈਡੀ ਫੋਰ ਟਾਕਸ ਜੇ ਦੇ ਇਫ ਦੇ ਵਰ ਰੈਡੀ ਫੋਰ ਟਾਕ ਦੇ ਸ਼ੁਡ ਹੈਵ ਰੈਡੀ ਫੋਰ ਟਾਕਸ ਬਿਫੋਰ ਦੇ ਪੁੱਟ ਦਿਸ ਥਿੰਗਸ पिछले दो महीनों तो तैयार है गवर्नमेंट दे हुण हुण जदों ओह दिल्ली आके बैठे ने अजे ते दिल्ली दे बाहर बैठे ने दे वांटेड टू जस्ट गो इन टू जंतर मंतर उन्हां दी गवर्नमेंटां ने बीजेपी दी गवर्नमेंटां ने की कीता रोडां तक खो दित्तियां ਖਾਈਆਂ ਬਣਾਤੀਆਂ ਜਿੱਥੇ ਨਾ ਸਰਕਾਰ ਹੁੰਦੀ ਆ ਉਹਨੂੰ ਲਾਅ ਆਰਡਰ ਰੱਖਣ ਵਾਸਤੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨਹੀਂ ਜੋ ਨਹੀਂ ਕਹਿੰਦਾ ਲਾਅ ਆਰਡਰ ਕਰਨੀ ਵੀ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੈ ਸਰ ਜੀ ਅਜੇ ਤੱਕ ਉੱਥੇ ਕਿਸਾਨਾਂ ਨੇ ਸ਼ਾਂਤੀਪੂਰਵਕ ਬਿਲਕੁਲ ਨਾਨ ਵਾਇਲੈਂਸ ਤਰੀਕੇ ਨਾਲ ਉਹ ਅਪਲੋਡ ਕਰਨ ਵਾਲੀ ਚੀਜ਼ ਹੈ ਸਲਾਉਣ ਵਾਲੀ ਚੀਜ਼ ਹੈ ਉਹਦੇ ਵਿੱਚ ਅੱਛਾ ਕਰਨ ਵਾਲੀ ਗੱਲ ਹੈ ਉਸ ਚੀਜ਼ ਉਹਦੇ 'ਚ ਇਹਨਾਂ ਦਾ ਕੋਈ ਪ੍ਰੋਬਲਮ ਨਹੀਂ ਸੀਗਾ ਜਦੋਂ ਆਏ ਉਹਨਾਂ ਨੂੰ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਖਾਲਿਸਤਾਨੀ ਆ ਹੁਣ ਵੀ ਕਹੀ ਜਾਂਦੀ ਹੈ ਬਾਹਰ ਦੇ ਪਾਕਿਸਤਾਨ ਦੇ ਬੰਦੇ ਕਰਵਾ ਰਹੇ ਆ ਇਹਦੇ 'ਚ ਖਾਲਿਸਤਾਨੀ ਬੰਦੇ ਹੈਗੇ ਆ ਗੌਰਮੈਂਟ ਦੇ ਐਂਟੀ ਨੈਸ਼ਨਲ ਬੰਦੇ ਹੈਗੇ ਆ ਸੋ ਦੀਸ ਥਿੰਗਸ ਇਹ ਜਿਹੜੀਆਂ ਗੌਰਮੈਂਟ ਦੀਆਂ ਏਜੰਸੀਆਂ ਹੈਗੀਆਂ ਇਸ ਚੀਜ਼ ਨੂੰ ਇਹਨੂੰ ਜਿਸ ਤਰ੍ਹਾਂ ਕਹਿੰਦੇ ਨਾ ਕਿ ਠੱਪਾ ਲਾਉਣ ਵਾਸਤੇ ਰੈਡੀ ਬੈਠੀਆਂ ਉਹੀ ਹੁਣ ਇਸੇ ਬੰਦਿਆਂ ਨਾਲ ਗੱਲਾਂ ਕਰ ਰਹੀਆਂ ਜਿਹੜੀਆਂ ਚਾਰ ਵੀਕਾਂ ਪਹਿਲਾਂ ਇਸੇ ਰੈਲੀ ਨੂੰ ਇਹ ਕਹਿੰਦੇ ਸੀ ਕਿ ਇਹ ਕਿਸਾਨ ਹੀ ਹੈ ਨਹੀਂ ਇਹ ਖਾਲਿਸਤਾਨੀ ਆ ਮੇਰਾ ਇੱਕ ਕਾਲਰ ਹੈ ਪੁਨਾ ਸੁਣ ਲਈ ਬਿਲਕੁਲ ਪੁੱਛ ਲੈਂਦੇ ਜੀ ਬਿਲਕੁਲ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਜੀ ਠੀਕ ਹੈ ਆਪਾਂ ਨਹੀਂ ਸੁਣੀਆਂ ਸਰ ਨਹੀਂ ਪਹੁੰਚਾਇਆ ਅੱਛਾ ਮੇਰੇ ਵੀਰ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਮੇਰੇ ਪਰਸਨਲ ਵਿਚਾਰ ਆ ਮੈਂ ਤੁਹਾਡੇ ਹਾਂਜੀ ਮੈਂ ਜਿਸ ਵੇਲੇ ਪਹਿਲਾਂ ਸ਼ੁਰੂ ਦੇ ਵਿੱਚ ਹੋਇਆ ਹਜੇ ਦਿੱਲੀ ਆਏ ਵੀ ਨਹੀਂ ਸੀ ਜ਼ਿਮੀਦਾਰ ਉਸ ਵੇਲੇ ਪਤਾ ਲੱਗਿਆ ਸੀ ਆਪਣਾ ਇਹ ਜਿਹੜਾ ਰੇਲਾਂ ਰੋਕ ਦਿੱਤੀਆਂ ਰੇਲਾਂ ਦੀਆਂ ਪਟੜੀਆਂ ਦੇ ਉੱਤੇ ਜ਼ਿਮੀਦਾਰ ਸ਼ਾਮਿਆਂ ਨੇ ਲਾ ਕੇ ਦਰੀਆਂ ਵਿਛਾ ਕੇ ਬੈਠੇ ਹੋਏ ਸੀਗੇ ਦੇਖੋ ਜੀ ਉਹ ਕੋਰੋਨਾ ਦੇ ਟਾਈਮ ਸੀ ਹਾਂਜੀ ਚਾਹੇ ਕੁਛ ਵੀ ਸੀ ਉਹ ਤੁਹਾਨੂੰ ਕੀ ਲੱਗਦਾ ਵੀ ਪ੍ਰੋਟੈਸਟ ਕਰਨ ਦਾ ਤਰੀਕਾ ਇਹੀ ਹੈ ਵੀ ਜਿਹੜਾ ਸਰਕਾਰ ਦਾ ਜਿਹੜਾ ਜੋ ਜਿਹੜੀ ਵਿਵਸਥਾ ਚੱਲ ਰਹੀ ਆ ਜਾਂ ਲੋਕ ਜੇ ਇੱਕ ਪਾਸੇ ਜ਼ਿਮੀਦਾਰ ਜਿਹੜੇ ਹੈਗੇ ਆ ਉਹ ਉਹਨਾਂ ਦਾ ਉਹ ਆਪਣਾ ਪ੍ਰੋਟੈਸਟ ਕਰਨਾ ਕਰੋ ਤੁਸੀਂ ਇੱਥੇ ਚੌਂਕਾਂ ਦੇ ਵਿੱਚ ਚੌਂਕ ਦੇ ਵਿੱਚ ਖੜ੍ਹ ਕੇ ਕਿਤੇ ਵੀ ਕਰੋ ਤੁਸੀਂ ਆਪਣਾ ਇੱਕ ਸਾਈਡ ਨੂੰ ਕੀ ਕਰੋ ਤੁਹਾਨੂੰ ਸੜਕ ਜਿਹੜੀ ਪਬਲਿਕ ਪ੍ਰੋਪਰਟੀ ਆ ਜਾਂ ਉਹ ਜਿਹੜੀ ਦੂਜੇ ਲੋਕਾਂ ਦੀ ਸੁਵਿਧਾ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਤਾਂ ਉਹ ਨਾ ਹੋਵੇ ਉਸ ਵੇਲੇ ਨਹੀਂ ਚਾਹੀਦੇ ਸੀ ਗੱਡੀਆਂ ਰੋਕਣੀਆਂ ਉਸ ਵੇਲੇ ਗੱਡੀਆਂ ਜਿਹੜੀਆਂ ਸਮੂਥਲੀ ਚੱਲਣੀਆਂ ਚਾਹੀਦੀਆਂ ਉਹ ਗੱਡੀਆਂ ਦੇ ਤੁਹਾਨੂੰ ਸਟੇਸ਼ਨਾਂ ਦੇ ਬਾਹਰ ਗੱਡੀਆਂ ਦੀਆਂ ਲਾਈਨਾਂ ਦੇ ਇੱਕ ਪਾਸੇ ਦੂਜੇ ਪਾਸੇ ਲਾ ਕੇ ਆਪਣੇ ਪਲੇ ਕਾਰਡ ਲੈ ਕੇ ਆਪਣੇ ਬੈਨਰ ਲਾ ਕੇ ਜੋ ਮਰਜ਼ੀ ਪ੍ਰੋਟੈਸਟ ਕਰੋ ਤੁਹਾਨੂੰ ਰੋਕਦਾ ਨਹੀਂ ਕੋਈ ਵੀ ਸਰ ਜੀ ਕਿਸਾਨ ਤੇ ਅੱਜ ਵੀ ਸੜਕ ਨਹੀਂ ਰੋਕਣ ਜਾਂਦਾ ਤੁਸੀਂ ਨਹੀਂ ਉਹ ਉਸ ਵੇਲੇ ਹੋਇਆ ਕਿ ਨਹੀਂ ਤੁਸੀਂ ਦੇਖਿਆ ਨਹੀਂ ਹੋਈਆਂ ਗੱਡੀਆਂ ਰੁਕੀਆਂ ਸੀ ਗੱਡੀਆਂ ਬਾਅਦ ਦੇ ਵਿੱਚ ਜ਼ਿਲ੍ਹੇ ਜ਼ਿਮੀਦਾਰਾਂ ਦੇ ਇੱਕ ਮਿੰਟ ਮੇਰੀ ਵੀ ਗੱਲ ਸੁਣ ਲਓ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜ਼ਿਲ੍ਹੇ ਜ਼ਿਮੀਦਾਰਾਂ ਦੇ ਫਸਲ ਜਿਹੜੀ ਸੀਗੀ ਉਹਦੇ ਵਾਸਤੇ ਜ਼ਿਲ੍ਹੇ ਯੂਰੀਆ ਆਉਣਾ ਬੰਦ ਹੋ ਗਿਆ ਜ਼ਿਲ੍ਹੇ ਉਹ ਤੋਂ ਬਾਅਦ ਡਾਇਆ ਆਉਣਾ ਬੰਦ ਹੋ ਗਿਆ ਕਣਕ ਦੀ ਬਿਜਾਈ ਸ਼ੁਰੂ ਹੋਣੀ ਸੀਗੀ ਉਸ ਵੇਲੇ ਗੈਰੀ ਸਾਹਿਬ ਉਹਨਾਂ ਨੇ ਫਿਰ ਕਿਹਾ ਵੀ ਉਹ ਕਹਿੰਦੇ ਤੁਹਾਡੇ ਕੋਲ ਜ਼ਿਮੀਦਾਰ ਨੂੰ ਖਾਦ ਨਹੀਂ ਪਹੁੰਚ ਸਕਦੀ ਤੁਹਾਡੇ ਕੋਲ ਪਿੱਛੋਂ ਪਲਾਂਟਾਂ ਦੇ ਵਿੱਚੋਂ ਤੁਹਾਡੇ ਕੋਲ ਤੁਹਾਨੂੰ ਜੇ ਨਾ ਰਸਤੇ ਖੋਲ੍ਹੇ ਤਾਂ ਉਹ ਕਿੱਥੋਂ ਜਿਹੜੇ ਬੜੇ ਬੜੇ ਰੈਕ ਲੱਗਦੇ ਸੀ ਰੇਲਾਂ ਦੇ ਉਹ ਸਾਰੇ ਰੇਲ ਦੇ ਪਟੜੀ ਦੇ ਉੱਤੇ ਹੋ ਕੇ ਜਾਣੇ ਸੀਗੇ ਬਿਲਕੁਲ ਦੇਖੋ ਉਹਨਾਂ ਦਾ ਤਾਂ ਇੱਕ ਤਰੀਕਾ ਸੀਗਾ ਕਿ ਬਈ ਸਰਕਾਰ ਉਹਨਾਂ ਦੀ ਸੁਣੀ ਠੀਕ ਹੈ ਸਰਕਾਰ ਉਦੋਂ 2 ਮਹੀਨੇ 3 ਮਹੀਨੇ ਪਹਿਲਾਂ ਹੀ ਸੁਣ ਲੈਂਦੀ ਤੇ ਇਹਨਾਂ ਨੂੰ ਇੱਥੇ ਦਿੱਲੀ ਆਉਣ ਦੀ ਲੋੜ ਨਹੀਂ ਪਈ ਮੈਂ ਸੁਣੇ ਨਾ ਸੁਣੇ ਉਹ ਬਾਅਦ ਦੀਆਂ ਗੱਲਾਂ ਤੁਹਾਨੂੰ ਸੁਣਾਉਣ ਦਾ ਤਰੀਕਾ ਹੋਣਾ ਚਾਹੀਦਾ ਨਾ ਕਿ ਤੁਸੀਂ ਦੂਜੇ ਲਈ ਟ੍ਰਬਲ ਖੜੀ ਕਰਨੀ ਆ ਨਹੀਂ ਦੇਖੋ ਪਰ ਦੇਖੋ ਜੀ ਪ੍ਰੋਟੈਸਟ ਵਿੱਚ ਥੋੜਾ ਬਹੁਤ ਇੰਨਾ ਤਾਂ ਹੁੰਦਾ ਹੀ ਆ ਨਹੀਂ ਹੁਣ ਇਹ ਤਾਂ ਮੈਨੂੰ ਤੁਸੀਂ ਥੋੜੀ ਬਹੁਤੀ ਗੱਲ ਕਰ ਦਿੱਤੀ ਇਹਦਾ ਮਤਲਬ ਤਾਂ ਇਹ ਆ ਵੀ ਜੇ ਹੁਣ ਨਹੀਂ ਜੇ ਤੂੰ ਨੁਤਰ ਆਪਣੇ ਡੈਡਲੌਕ ਦੇ ਉੱਤੇ ਅੜ ਗਈਆਂ ਇਹਦਾ ਮਤਲਬ ਪ੍ਰੋਟੈਸਟ ਜਿਹੜਾ ਹੋ ਸਕਦਾ ਇਟ ਕੈਨ ਟਰਨ ਅਗਲੀ
जिहड़ी शंका लगदी है मैनू क्योंकि मेरे हिसाब से ना गैरी साहब इदा भी जिहड़े मतलब सरकार दीआं जिहड़े सरकार दे नुमाइंदे ते उधरों किसानां दीआं जथेबंदियां उन्हां नूं ही गल करन देणे दूजे बंदे जिहड़े आ साडे वर्गे जिहड़े हैगे आ जिन्हां नूं नहीं भी कानून दे बारे पता नहीं खेतीबाड़ी दे बारे पता सानूं चुप कर जाणा चाहीदा नॉट जा के सोशल मीडिया तों तां हरेक बंदा करे उह कहिंदे टू मैनी हैंड्स इन्ने पाई स्पॉयल्स दी भाई देखो जिले बहुत ज्यादा मैं भी उठ के बोलने लगा तुसी भी उठ के बोलने लगा वह भी उठ के बोलना वह भी बोलना फिर यह रौला ही पैजूगा रौला घचौला ही हो जूगा इहदा कोई हल नहीं निकलूगा मेरे हिसाब दे नाल तुहानूं दस्सदा मैं जसवाल जी जे किसान ना इन्ने इकट्ठे होंदे हन ते जे अपना संघर्ष ना शुरू करते तो हुण तक जदों पहला पिट रहे किसान रेल दी पटरियां ते पंजाब च किसी ने आवाज नहीं सुनी जो दिल्ली पहुंचे हुण सरकार दी आप चिट्ठियां आने लग पईआं कि तुसीं साडे नाल गल्लां ना करो ए ए सर प्रोटेस्ट करन दा इकट्ठे होण दा तरीका सी इक तरीका काम नहीं आया दूजा तुसीं सरकार नूं भी नहीं चाहीदा सी जिद्दां ओह गल कीती आ सड़कां पट दित्तियां पाणी दीआं ओह कर दित्तियां जिथे जांदे जा लैण दिओ बैठ के उहनां नूं जो करदे करन दिओ एज लॉन्ग एज जिहड़ा तुहाडा जिहड़ा हाईवे हुण अगे टोल फ्री कराउणे आ देखो गल सुनना हूँ दिल्ली जाते किसान जो एज लॉन्ग दे डूइंग पीसफुल प्रोटेस्ट दे शुड बी लैट गो ऑल द वे टू दिल्ली तो वो जो गवर्नमेंट ने टोए खोदे आ रोड़ा रोकिया गलत किया हूँ इतने अमेरिका च प्रोटेस्ट होया काला मरिया अपना ना जॉर्ज फ्लॉयड बेस से वाइट हाउस के मोहरे प्रोटेस्ट होए तो सारे जी अमेरिका की जी सी अपने पोलीटिकल इंटेलिजेंस प्लस पुलिस प्लस मिलटरी वह कह रहे थे इन्हों प्रोटेस्ट कर दे एंड वाइट हाउस की लाउन के मोहरे हुए है तो प्रेजिडेंट ट्रंप ने कहा भी मैं लंघना मैं चर्च जाना है वो चर्च गया तो उन्हें प्रोटेस्ट में टीयर गैस ना हटा दिता वो इन्नी विरोधता हुई कि इनू की लड़ पी जाने की प्रोटेस्ट हटाने की लड़ नहीं डेमोक्रेट प्रोटेस्ट है यह हों दिता उन्हें जाना है तो बाद चाहता से जानू कैंसल कर अबस्ट्रैक्ट करते हैं सिर्फ मेरा क्वेश्चन यही है जिले कोई भी आप प्रोटेस्ट करते हैं जिले कोई जी कोई सड़क है ज कोई होर चीज़ है जल्द उन्होंने रोकते हैं ज किसी जो जी चीज़ चलती है जी स्मूथली चल रही चलन दो प्रोटेस्ट अपना करना गवर्नमेंट ने सड़क रोकी बैरीकेड बैरीकेड गवर्नमेंट ने लाई लाठियां कहते चलाईया जा रही लोग मार कुट रहे देखो गलत गल हो गए की कहने का मतलब किसी प्रोटेस्ट कुछ इस तरह के गलत आंसर आ गए थे जिन्होंने प्रोटेस्ट बदनाम करना शुरू कर दिया इस प्रोटेस्ट च भी ना मैं तुम्हें दसा बीजेपी वालों मैं ना लैके कह दिया बीजेपी वालों कई बंदे अंदर भेजे जा रहे ने ठीक है राइट हुण की करना चाहिए पहला तो गवर्नमेंट रस्ता खोलन किसानां नूं जान देन जंतर मंतर बैठन जिस तरह सारे रामलीला मैदान च बिठाण उत्थे इस बंदियां दा सारे किसानां दा पूरा इंतजाम करन गरी साहब तुहाडे विचार आ तुसीं इह गल कह रहे हो जिन्ने दे कहणगे जे हो सकदा उह जंतर मंतर ना जाणा चाहुंदे होणगे उह नहीं उह तां जाणे उत्थे जांदे ते गवर्नमेंट कहिंदी है कि तुसीं उत्थे नहीं हुण तां उह सिचुएशन ही चेंज हो गई ना हुण ती तां नहीं है मतलब कोई गल्ल ही नहीं हो रही इह तां हुण आपां कह रहे वी उहनां नूं उत्थे जाण देणा चाहीदा सी मैं भी गल कहिंदा वी जिहड़ी जाण देणा चाहीदा उस वे उन्हां दी गल सुननी चाहीदी सी ते वो एक जिहड़ा डायलॉग दा एक रास्ता जिहड़ा वो खुला रखना चाहीदा हुण भी रख्या जे हुण 29 तरीक नूं देखो जी हुण किसान जथेबंदियां ने फैसला कीता वो जाके मिलणगे अच्छा इदों अलावा मेरा लास्ट जिहड़ा भी सुप्रीम कोर्ट ऑफ इंडिया अपनी जिहड़ी हैगी हां जी वो भी देख रही है इहदा मतलब कानून वाकई इन्ना आ मतलब दिखदा नहीं कुछ भी ते दूजे पासे राष्ट्रपति प्रेजिडेंट ऑफ इंडिया उहदा की रोल हो सकदा उह की उह क्यों चुप प्रेसिडेंट ऑफ इंडिया भी जिहड़ा है ना बीजेपी वालों चुनिया बंदा सीधी गल है वह सारयां नूं पता
ਇਹਦਾ ਮਤਲਬ ਹੁਣ ਇੱਥੋਂ ਪਤਾ ਲੱਗਦਾ ਪ੍ਰਸ਼ਾਸਨ ਦੇ ਵਿੱਚ ਕਮੀਆਂ ਕੀ ਆ ਕਿ ਜੇ ਸਰਕਾਰ ਕਿਤੇ ਇਹੋ ਜਿਹੇ ਲੈਵਲ ਤੱਕ ਆ ਜਾਏ ਤਾਂ ਰਾਸ਼ਟਰਪਤੀ ਵੀ ਕੁਝ ਨਹੀਂ ਕਰ ਸਕਦਾ ਰਾਸ਼ਟਰਪਤੀ ਅਸਤੀਫਾ ਦੇ ਕੇ ਤੇ ਇੱਕ ਪਾਸੇ ਹੋ ਸਕਦਾ ਕਿ ਨਹੀਂ ਹੋ ਸਕਦਾ ਪਰ ਹੋਇਆ ਕਿ ਉਹਨਾਂ ਦਾ ਆਪਣਾ ਬਣਾਇਆ ਹੋਇਆ ਬੰਦਾ ਦਾ ਉਹ ਉਹਨੂੰ ਭੱਜਣ ਵੀ ਨਹੀਂ ਦਿੰਦੇ ਨਾ ਤਾਂ ਆਇਆ ਕਿ ਸਾਡੇ ਕੰਮ ਉਹ ਉਹਦਾ ਰੈਜ਼ਿਗਨੇਸ਼ਨ ਵੀ ਨਹੀਂ ਲੈਣਗੇ ਉਹਦਾ ਰੈਜ਼ਿਗਨੇਸ਼ਨ ਵੀ ਨਹੀਂ ਲੈਣਗੇ ਸੋ ਪ੍ਰੋਬਲਮ ਇਹ ਆ ਕਿ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਕਿਸਾਨਾਂ ਨੂੰ ਆਪਣਾ ਅੰਦੋਲਨ ਕਰਨ ਦਾ ਪੂਰਾ ਹੱਕ ਹੈ ਉਹ ਕਰ ਰਹੇ ਆ ਸਭ ਤੋਂ ਵੱਡੀ ਗੱਲ ਹੈ ਕਿਸਾਨਾਂ ਨੂੰ ਰੋਕਣ ਕੌਣ ਡਿਆ ਹੈ ਦਿੱਲੀ ਆਉਣ ਤੋਂ ਲੈਟਸ ਲੁੱਕ ਐਟ ਇਟ ਨਹੀਂ ਉਹਦਾ ਕਾਰਨ ਇਹੀ ਹੈ ਵੀ ਹੁਣ ਜਿਹੜਾ ਆਸ਼ੰਕਾ ਉਹਨਾਂ ਨੂੰ ਇਹੀ ਹੋਊਗੀ ਵੀ ਸ਼ਾਇਦ ਵੀ ਦਿੱਲੀ ਆ ਕੇ ਸੜਕਾਂ ਹੋ ਜੂਗੀਆਂ ਮਤਲਬ ਬੰਦ ਹੋ ਜੂਗੀਆਂ ਜੇ ਉਹ ਹੋ ਜੂਗਾ ਜਾਂ ਕੁਛ ਵੀ ਉਹ ਤੇ ਹੁਣ ਵੀ ਹੋ ਰਿਹਾ ਤੇ ਹੁਣ ਅੰਤ ਦੇ ਵਿੱਚ ਤੁਹਾਨੂੰ ਕੋਈ ਇਹਦਾ ਲੱਗਦਾ ਮੈਨੂੰ ਲੱਗਦਾ ਚਲੋ ਮੈਂ ਜਿਸ ਨੂੰ ਜੇ ਪੁੱਛ ਲੈਣਾ ਉਹ ਖੁੱਲੇ ਤੁਹਾਨੂੰ ਲੱਗਦਾ ਵੀ ਕਾਨੂੰਨ ਵਾਪਸ ਹੋ ਜੂਗਾ ਮੈਨੂੰ ਲੱਗਦਾ ਇਸ ਸਟੇਜ ਦੇ ਆ ਕੇ 31 ਦਿਨ ਬਾਅਦ ਜਾਂ 30 ਦਿਨ ਬਾਅਦ ਲੱਗਦਾ ਵੀ ਸਰਕਾਰ ਵਾਪਸ ਲੈ ਲੂ ਹੋ ਸਕਦਾ ਅਨਦਰ 30 ਦਿਨ 31 ਦਿਨ ਲੱਗ ਜਾਣ ਵਾਪਸ ਹੋ ਜੂਗਾ ਹੋ ਸਕਦਾ ਮੈਨੂੰ ਲੱਗਦਾ ਵਾਪਸ ਹੋਏਗਾ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਜੇ ਅੱਜ ਇਸ ਮੌਕੇ ਦੇ ਇਸ ਸਟੇਜ ਦੇ ਉੱਤੇ ਅੰਦੋਲਨ ਚਲਾ ਗਿਆ ਮੇਰਾ ਲੱਗਦਾ ਵੀ ਜਿੱਥੇ ਤੱਕ ਮੇਰੇ ਆਪਣਾ ਵੀ ਪ੍ਰੋਟੈਸਟ ਇੱਥੇ ਕਮਿਊਨਿਟੀ 'ਚ ਕਾਫੀ ਵਿਚ ਰਿਹਾ ਹਨਾ ਦੇਖੇ ਆ ਕਿਤੇ ਵੀ ਹੈਗੇ ਆ ਜੇ ਪਬਲਿਕ ਪ੍ਰੈਸ਼ਰ ਬਣਿਆ ਰਹੇ ਜੇ ਇਹਦੇ ਪੀਸਫੁਲ ਰੈਲੀ ਚੱਲਦੀ ਰਹੀ ਉੱਥੇ ਪ੍ਰੋਟੈਸਟ ਚੱਲ ਰਿਹਾ ਇਹਦਾ ਹੱਲ ਜ਼ਰੂਰ ਨਿਕਲੂਗਾ ਇਹ ਕਾਨੂੰਨ ਵਾਪਸ ਹੋ ਸਕਦੇ ਨੇ ਹੋ ਸਕਦੇ ਗੌਰਮੈਂਟ ਇਹੀ ਆਸ ਕਰਦੇ ਹਾਂ ਗੈਰੀ ਸਾਹਿਬ ਵੀ ਇਹ ਜਿਹੜੀ ਅੰਦੋਲਨ ਹੈ ਜਗਤਾਰ ਜੀ ਇਹ ਖਤਮ ਹੋਣਾ ਚਾਹੀਦਾ ਇੰਡੀਆ ਦੇ ਵਿੱਚ ਸਮਰਿੱਧੀ ਆਉਣੀ ਚਾਹੀਦੀ ਹੈ ਖੁੱਲ੍ਹੇ ਦਿਲ ਦੇ ਨਾਲ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਆ ਦੋਨੋਂ ਧਿਰਾਂ ਦੇ ਉੱਤੇ ਇਹਦਾ ਕੋਈ ਨਾ ਕੋਈ ਪਾਏਦਾਰ ਹੱਲ ਨਿਕਲਣਾ ਚਾਹੀਦਾ ਨਿਕਲ ਕੇ ਜਿਹਦੇ ਨਾਲ ਜ਼ਿਮੀਦਾਰ ਦੀ ਖੁਸ਼ਹਾਲੀ ਜਿਹੜੀ ਆ ਉਹ ਪਰਤਣੀ ਚਾਹੀਦੀ ਆ ਠੀਕ ਹੈ ਨਾ ਜੀ ਮੇਰਾ ਤਾਂ ਇਹੀ ਆ ਵੀ ਉਹ ਜਿੰਨੀ ਛੇਤੀ ਹੋ ਜਾਏ ਅਰਲੀਅਰ ਇਜ਼ ਬੈਟਰ ਬਿਲਕੁਲ ਅਤੇ ਗੈਰੀ ਸਾਹਿਬ ਤੁਸੀਂ ਵੀ ਕਰਦੇ ਹੋ ਅਤੇ ਫਿਰ ਆਪਾਂ ਗੱਲ ਨੂੰ ਖਤਮ ਕਰੀਏ ਅਤੇ ਇੱਕ ਬ੍ਰੇਕ ਲੈ ਲੈਂਦੇ ਹਾਂ ਜੀ ਕਿਉਂਕਿ ਆਪਾਂ ਅੱਜ ਕੋਈ ਮੈਨੂੰ ਵੀ ਪਤਾ ਸੀ ਵੀ ਸਾਲ ਦਾ ਅਖੀਰਲਾ ਪ੍ਰੋਗਰਾਮ ਹੈ ਕਰ ਦਿਓ ਕੋਈ ਨਾ ਡਿਸਕਸ਼ਨ ਚੱਲਣ ਦੇ ਤੁਸੀਂ ਕਿਉਂ ਕਹੋਗੇ ਮੈਂ ਤਾਂ ਇਹੀ ਕਹਾਂਗਾ ਕਿ ਹਰੇਕ ਵੱਡੀ ਜਿਹੜੀ ਚੇਂਜ ਹੁੰਦੀ ਆ ਛੋਟੀ ਜਿਹੀ ਕ੍ਰਾਂਤੀ ਤੋਂ ਸਟਾਰਟ ਹੁੰਦੀ ਹੈ ਛੋਟੀ ਚਿੰਗਾਰੀ ਤੋਂ ਸਟਾਰਟ ਹੁੰਦੀ ਹੈ ਗੋਰਿਆਂ ਨੂੰ ਬਾਹਰ ਕੱਢਣ ਲੱਗੇ ਨਾ ਇੰਡੀਆ ਤੋਂ ਸਾਨੂੰ 200 ਸਾਲ ਲੱਗੇ ਲੱਗ ਗਏ ਸੀਗੇ 200 ਸਾਲ ਲੱਗੇ ਮੈਂ ਸਮਝ ਗਿਆ ਜੀ ਉਸ 200 ਸਾਲਾਂ 'ਚ ਕੁਛ ਪਰਸੈਂਟ ਬੰਦੇ ਸੀਗੇ ਜਿਹੜੇ ਗੋਰਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸੀਗੇ ਬਿਗਨਿੰਗ 'ਚ ਠੀਕ ਹੈ ਜ਼ਿਆਦਾਤਰ ਲੋਕ ਉਹਨਾਂ ਨੂੰ ਲੈ ਕੇ ਆਉਣਾ ਚਾਹੁੰਦੇ ਸੀਗੇ ਕਿ ਇਹ ਚੰਗੇ ਆ ਚੰਗੇ ਹੁਣ ਵੀ ਕਹਿੰਦੇ ਕਈ ਵਾਰ ਮੇਰੇ ਗ੍ਰੈਂਡਫਾਦਰ ਕਹਿੰਦੇ ਕਾਕਾ ਅੰਗਰੇਜ਼ ਦਾ ਰਾਜ ਬਹੁਤ ਚੰਗਾ ਸੀ ਕਹਿੰਦਾ ਚੱਕਰ ਇਹ ਹੈ ਕਿ ਉਸ ਤੋਂ ਬਾਅਦ ਜਿਹੜੇ ਬੰਦੇ ਆਏ ਉਹਨਾਂ ਨੇ ਪੂਰੀ ਤਰ੍ਹਾਂ ਕੇ ਪੂਰੀ ਤਰੀਕੇ ਨਾਲ ਰੈਪੂਟੇਸ਼ਨ ਹੀ ਖਰਾਬ ਕਰ ਲਈ ਕ੍ਰਿਮੀਨਲ ਤਰੀਕੇ ਨਾਲ ਕੰਮ ਕੀਤਾ ਓਕੇ ਕ੍ਰਿਮੀਨਲੀ ਕੰਮ ਕੀਤਾ ਸ਼ੋਰਟ ਰੱਖਿਓ ਰਾਈਟ ਸੋ ਮੇਰਾ ਮੇਰਾ ਇਹੀ ਸੰਦੇਸ਼ ਹੈ ਅਤੇ ਆਸ਼ਾ ਹੈ ਕਿ ਆਹ ਕਾਨੂੰਨ ਜਿੰਨੀ ਛੇਤੀ ਰੱਦ ਕਰਦੇ ਉਨਾ ਹੀ ਚੰਗਾ ਬਿਲਕੁਲ ਇਹ ਸਾਰਿਆਂ ਵਾਸਤੇ ਚੰਗਾ ਅਤੇ ਇਹ ਇੱਕ ਚੰਗੀ ਸਟੈਪ ਵਾਲੇ ਪਾਸੇ ਨੋਨ ਵਾਇਲੈਂਸ ਰਹਿ ਕੇ ਬੰਦੇ ਜੇ ਇਸ ਪ੍ਰੋਟੈਸਟ ਨੂੰ ਜਾਰੀ ਰੱਖਣਗੇ ਇਹ ਥਰੂ ਆਊਟ ਦਾ ਵਰਲਡ ਐਕਚੁਲੀ ਹਰੇਕ ਬੰਦਾ ਥਰੂ ਆਊਟ ਦੀ ਹਰੇਕ ਕੰਟਰੀ 'ਚ ਇਹ ਪ੍ਰੋਟੈਸਟ ਹੋ ਰਿਹਾ ਹੁਣ ਠੀਕ ਹੈ ਜੀ ਰਾਈਟ ਇਹ ਸਿਰਫ ਇਕੱਲੇ ਦਿੱਲੀ 'ਚ ਨਹੀਂ ਹੋ ਰਿਹਾ ਇਹ ਸਾਡੇ ਦਿਲਾਂ 'ਚ ਹੋ ਰਿਹਾ ਤੁਹਾਨੂੰ ਸਮਝ ਚੀਜ਼ ਆ ਰਹੀ ਹੈ ਮੈਨੂੰ ਵੀ ਲੱਗ ਰਹੀ ਹੈ ਸਮਝ ਤੇ ਜਗਤਾਰ ਜੀ ਤੁਹਾਨੂੰ ਸਾਡੇ ਲਿਸਨਰ ਵੀ ਲੱਗਦੇ ਵੀ ਉਹਨਾਂ ਨੂੰ ਉੱਥੇ ਸਰਕਾਰ 'ਚ ਬੈਠੇ ਨੂੰ ਕਾਹਤੇ ਨਹੀਂ ਇਹ ਚੀਜ਼ ਦਾ ਥੋੜ੍ਹਾ ਸਮਝ ਆ ਰਹੀ ਉਹਦੇ 'ਚ ਸਾਰੇ ਹੁੰਦੇ ਆ ਸਟੇਕ ਹੋਲਡਰ ਜਿੱਦਾਂ ਜਿਹੜਾ ਗਵਰਨਮੈਂਟ ਕਾਨੂੰਨ ਬਣਾਇਆ ਹੈਗਾ ਨਾ ਉਹਨੇ ਜਿਹਨਾਂ ਨੂੰ ਸਾਹਮਣੇ ਰੱਖ ਕੇ ਕਾਨੂੰਨ ਬਣਾਇਆ ਉਹਨਾਂ ਸਾਹਮਣੇ ਉਹ ਭਾਰੂ ਨੇ ਪਰ ਜਿਹੜੀ ਗੱਲ ਆਪਾਂ ਸੁਣਦੇ ਅਬਾਨੀ ਅਡਾਨੀ ਮੈਂ ਤਾਂ ਔਨ ਏਅਰ ਹੀ ਚਲੋ ਕਹਿ ਦਿੰਦਾ ਹਾਂਜੀ ਹਾਂਜੀ ਉਹ ਦੋ ਬੰਦੇ ਹੀ ਇੰਨੇ ਭਾਰੂ ਆ ਵੀ ਜਿਹੜਾ ਸਾਰਾ ਸਾਰੀ ਖੁਦਾਈ ਇੱਕ ਤਰ੍ਹਾਂ ਕਿਉਂਕਿ ਜਿਹੜੀ ਮਾਇਆ ਆਉਂਦੀ ਆ ਆਪਣੇ ਇਲੈਕਸ਼ਨ ਵਾਸਤੇ ਉਹ ਉਧਰ ਮਾਇਆ ਹੁਣ ਫੇਰ ਉਧਰ ਹੋ ਜਾਣੀ ਮੁੜ ਕੇ ਜੇ ਉਸ ਮਾਇਆ ਨੂੰ ਵੀ ਕੀ ਕਰਨਾ ਜੇ ਮੁੜ ਕੇ ਪਤਾ ਲੱਗਾ 3 ਸਾਲ ਬਾਅਦ ਤੁਹਾਡਾ ਪਤਾ ਹੀ ਸਾਫ ਹੋ ਜਾਣਾ ਇਸੇ ਕਰਕੇ ਮੈਂ ਇੱਕ ਨਾ ਬਾਈਬਲ ਚ ਇੱਕ ਜਗ੍ਹਾ ਬਾਈਬਲ ਚ ਕੋਟੇਸ਼ਨ ਹੈ ਕਿ ਜਿਹੜੇ ਦੇਸ਼ ਦਾ ਬੰਦਾ ਜਿਹੋ ਜਿਹਾ ਹੋਏਗਾ ਉਹਦੇ ਉੱਤੇ ਉਸ ਤਰ੍ਹਾਂ ਦਾ ਰਾਜਾ ਮੁਸੱਲਤ ਕਰ ਦਿੱਤਾ ਜਾਏਗਾ ਠੀਕ ਹੈ
जे कहिंदे आ कि जिहो जे जनता होएगी जिन्नी पढ़ी लिखी जनता होएगी ओदे नुमाइंदे उन्ने ही पढ़े लिखे होंगे बाहरले लोकां नूं रौली पाउण दा साडे अर्ग फायदा कोई नहीं पर इन्ना भी चेंज पीसफुल होनी चाहिए असल जो प्रोटेस्ट पीसफुल चले तो ये कोई खराबी ना हो वड्डी गल है अब चलते रहे पीसफुल प्रोटेस्ट तो अपनी जिद बस यही असं भी चलो परमात्मा मुझे यही अरदास करते हैं भाई परमात्मा इन्हों दोनों धिर का जो मसला छेती तो छेती हल होना चाहिए लटकना नहीं चाहिए और खुशी खुशी जिमीदार अपना जो भी इस चीज़ को लैके अंत जगतार खुशी खुशी अपने हक लैके जो भी उन्होंने मंगा सिया उन्होंने मंगा पूरी करवा के अपने घर परतन सरकार अपने काम वालू लगे सारा जोड़ा ढांचा उत्थे एक किस्म का रुकया लगता वो जोड़ा है वो बरकरार नॉर्मल हो जाए कि फिर सानू भी लगता यार भी उत्थे की फायदा जो इन्ना अनरेस्ट जहा है की करना जाके साडा भी असं भी मिस करते जाना चाहते हैं पर असं सोचते भी सारा सॉर्ट आउट जो सॉल्व हो जाए भी बालजी के जाके क्यों डिगना है ना तो इतने असं करते हैं बहुत बहुत धन्यवाद तुम आए गलबात की दोनों वीर ने अच्छ जरूर तो ज़्यादा लंबी गल जी असी कर दी।